ਸ੍ਰੀਕਾਲ ਸਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਨਾਂ ਨੂੰ, ਸਤਿ ਸ੍ਰੀ ਅਕਾਲ। ਤੇ ਟਾਈਮ ਕਿੰਨਾ ਹੋ ਗਿਆ ਇੰਡੀਆ? ਮੇਰੇ ਖਿਆਲ 2 ਵਜ ਗਏ ਸ਼ਾਇਦ। ਹਾਂਜੀ ਸਰ, ਪੂਰੇ 2 ਵੱਜ ਗਏ ਜੀ। ਅੱਛਾ ਜੀ, ਹੁਣ ਤੁਹਾਡਾ ਜਿਹੜੇ ਸੌਣ ਦਾ ਟਾਈਮ ਨਹੀਂ ਹੈ, ਹੁਣ ਉੱਠ ਖੜੇ ਹੋ, ਤੁਸੀਂ ਕੈਨੇਡਾ ਜਾ ਰਹੇ ਹੋ, ਤੁਹਾਡਾ ਵੀਜ਼ਾ ਲੱਗਿਆ। ਓ ਥੈਂਕ ਯੂ ਸਰ, ਬਹੁਤ ਬਹੁਤ ਜੀ, ਜੀ 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 ਥੈਂਕ ਯੂ ਸਰ, ਥੈਂਕ ਯੂ ਜੀ। ਸੋ ਆਈ ਜਸਟ ਵਾਂਟਿਡ ਟੂ ਕਮ ਟੂ ਦ ਪੁਆਇੰਟ ਕੁਇਕਲੀ ਔਨ ਦਿਸ, ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ ਹੈ, ਉਹ ਤੁਹਾਡੀ ਜਿਹੜੀ ਵਾਈਫ ਵੀ ਕੰਮ ਕਰ ਰਹੀ ਹੈ, ਸਾਰੀ ਦਿਹਾੜੀ ਕੰਮ ਕਰ ਰਹੀ ਹੈ, ਸ਼ੀ ਡਜ਼ਨਟ ਹੈਵ ਟਾਈਮ ਐਕਚੁਅਲੀ, ਉਹਨਾਂ ਕੋਲ ਵੀ ਬ੍ਰੇਕ ਟਾਈਮ ਥੋੜਾ ਹੀ ਹੁੰਦਾ ਹੈ। ਸੋ ਗੱਲ ਤੁਹਾਨੂੰ ਜੀ ਮੈਂ ਇਹ ਜੀ ਜੀ ਕਰਨੀ ਸੀ ਕਿ ਹਾਂਜੀ, ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਹੈ, ਵੀਜ਼ਾ ਮਤਲਬ ਕਿ ਪਾਸਪੋਰਟ ਰਿਕੁਐਸਟ ਆ ਚੁੱਕੀ ਹੈ। ਸੋ ਹੁਣ ਥੈਂਕ ਯੂ ਸਰ, ਤੁਹਾਡੇ ਜਿਹੜੇ ਅੱਛੇ ਅੱਛੇ ਦਿਨ ਸ਼ੁਰੂ ਹੋ ਗਏ। ਸੋ ਵਾਹਿਗੁਰੂ ਕਿੰਨੀ ਕਿੰਨੀ ਵਾਰ ਰਿਫਿਊਜ਼ ਹੋਇਆ ਤੁਹਾਡਾ, ਜਿਹੜਾ ਦੱਸੋਗੇ ਹਿਸਟਰੀ ਥੋੜ੍ਹੀ ਜਿਹੀ ਬਹੁਤ, ਕਿ ਕਿਸ ਤਰ੍ਹਾਂ? ਜੀ 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 ਹਾਂਜੀ ਸਰ, 5 ਵਾਰ ਰਿਫਿਊਜ਼ ਹੋਇਆ ਹੈ ਜੀ। 5 ਟਾਈਮਸ ਕਿਹੜੇ ਕਿਹੜੇ ਬੇਸ ਤੇ? ਅਸੀਂ ਇੱਕ ਮੈਰਿਜ ਨਹੀਂ ਸੀ ਮੰਨਦੇ ਜੀ, ਉਹ ਪੱਕੀ ਆ, ਜੈਨੂਅਨ ਨਹੀਂ ਮੰਨਦੇ ਸੀਗੇ। ਹੁਣ ਕਿਵੇਂ ਮੰਨ ਗਏ ਫਿਰ? ਤੁਹਾਡੀ ਬਦੌਲਤ ਸਰ, ਉਹ ਤੁਸੀਂ ਬਣਾਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ। ਨਹੀਂ, ਇਸ ਤਰ੍ਹਾਂ ਇਹ ਸਾਰਾ ਮਤਲਬ ਇਹ ਕੁਝ ਹੋ ਰਿਹਾ। ਪਰ ਐਨੀਵੇ, 5 ਟਾਈਮਸ ਸਪਾਊਸ ਵੀਜ਼ਾ ਤੁਸੀਂ, ਜਾਂ ਉਸ ਤੋਂ ਪਹਿਲਾਂ ਵੀ ਕੋਈ ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ ਲਈ ਕੋਈ ਕੋਈ ਕੋਸ਼ਿਸ਼ ਕਰ ਚੁੱਕੇ ਸ਼ਾਇਦ? ਨਹੀਂ ਸਰ, ਸਪਾਊਸ ਹੀ ਸੀ ਇਹਨਾਂ ਦਾ। ਨਹੀਂ ਸਰ, 5 ਵਾਰ ਉਹ ਸਪਾਊਸ ਹੀ ਸੀਗਾ ਜੀ। ਓ ਮਾਈ ਗਾਡ, ਦੈਟ ਇਜ਼ ਬੈਡ, ਕੋਈ ਬੈਡ ਨਿਊਜ਼। 5 ਟਾਈਮਸ ਸਪਾਊਸ ਵੀਜ਼ਾ ਉਹਨਾਂ ਨੇ, ਦਿਸ ਇਜ਼ ਇਹ ਜਿਹੜੀ 5ਵੀਂ ਦਫਾ ਹੈ ਕਿ ਇਹ ਚੌਥੀ ਵਾਰ? ਸਿਕਸ ਆ ਸਰ, ਓ ਦਿਸ ਇਜ਼ ਓ ਦਿਸ ਇਜ਼ ਦ ਸਿਕਸਥ ਵਨ, ਸਿਕਸ ਓ ਵਨ ਮਾਈ ਗਾਡ, ਹਾਂਜੀ ਸਰ, ਸਿਕਸ ਓ ਵਨ। ਦਿਸ ਇਜ਼ ਕੁਆਇਟ ਰਿਮਾਰਕੇਬਲ। ਕਿੰਨੇ ਕਦੋਂ ਤੋਂ, ਕਿਹੜੇ ਸਾਲ ਤੋਂ ਤੁਸੀਂ ਅਪਲਾਈ ਕਰ ਰਹੇ ਹੋ? ਤੁਹਾਡੀ ਮੈਰਿਜ 2019 'ਚ ਹੋਈ ਨਾ ਸ਼ਾਇਦ? ਨਹੀਂ ਸਰ, 18 ਚ ਹੋਈ ਹੈ, ਜੂਨ ਚ ਹੋਈ ਹੈ। 2018 'ਚ ਹਾਂਜੀ ਮੈਰਿਜ ਹੋਈ ਹੈ, ਤੇ ਫਿਰ 5 ਟਾਈਮਸ ਹੋ ਵੀ ਮੇਜ ਗਿਆ, ਫਿਰ ਕੋਵਿਡ ਟਾਈਮ ਵੀ ਆ ਗਿਆ, ਫਿਰ ਵੀ ਸਰ ਹਾਂਜੀ, ਕੋਵਿਡ ਟਾਈਮ ਆ ਗਿਆ। ਫਿਰ 2020 ਸਰ ਤੁਹਾਡੇ ਨਾਲ ਗੱਲ ਕੀਤੀ ਸੀ, ਤੁਸੀਂ ਸੁਜੈਸਟ ਕੀਤਾ ਸੀ ਜਿੱਦਾਂ ਵੀ ਅਮਨ ਸਟੱਡੀ ਡਨ ਕਰੋ, ਵਰਕ ਪਰਮਿਟ ਲਓ, ਇੰਡੀਆ ਜਾਓ, ਟਾਈਮ ਸਪੈਂਡ ਕਰੋ ਹਸਬੈਂਡ ਨਾਲ, ਫਿਰ ਵਾਪਸ ਆਓ, ਨਾ ਆਪ ਵੀ ਜੋਬ ਲਓ, ਫਿਰ ਅਪਲਾਈ ਕਰੋ। ਤੇ ਸਰ ਤੁਹਾਡੇ ਨੂੰ ਤੁਹਾਨੂੰ ਫੋਲੋ ਕੀਤਾ, ਤਾਂ ਹੁਣ ਵੀਜ਼ਾ ਹੈਗਾ। ਓ ਮਾਈ 2 ਸਾਲ ਗੋਡ, ਵੇਟ ਕੀਤੀ ਤੁਹਾਡੇ ਪਿੱਛੇ, ਬਟ ਮੈਨੂੰ ਪਤਾ ਸੀ ਇਹ ਵਰਡ ਤੁਸੀਂ ਕਹਿ ਸਕਦੇ ਹੋ ਸਾਨੂੰ, ਓ ਮਾਈ ਵੀ ਗੋਡ, ਤੁਹਾਡਾ ਓ ਵੀਜ਼ਾ ਲੱਗ ਗਿਆ, ਮੈਨੂੰ ਮੈਂ ਪਤਾ ਤੇ ਸੀ ਇਹ ਚੀਜ਼ ਤੁਸੀਂ ਕਹਿ ਸਕਦੇ ਹੋ, ਹੋਰ ਕੋਈ ਨਹੀਂ ਕਹਿ ਸਕਦਾ। ਆਈ ਥਿੰਕ ਸੋ, ਮੈਂ ਮੇਰਾ ਇਹ ਬਲੀਫ ਸੀ 19 ਤੋਂ ਲੈ ਕੇ। ਗੱਲ ਇਦਾਂ ਨਹੀਂ ਕਹਾਂਗੇ, ਇਹ ਸਾਰੀ ਮਿਹਨਤ ਤੁਹਾਡੀ ਹੈ, ਕਿਉਂਕਿ ਤੁਹਾਡੇ ਡਾਕੂਮੈਂਟਸ ਬੋਲਦੇ ਆ, ਤੁਸੀਂ ਜੌਬ ਕਰ ਰਹੇ ਹੋ, ਵਧੀਆ ਜੌਬ ਕਰ ਰਹੇ ਹੋ, ਤੁਹਾਡੇ ਕੋਲ ਬੈਂਕ ਫੰਡਸ ਵੀ ਹੈ, ਤੇ ਤੁਸੀਂ ਮੁੜ ਕੇ ਗਏ ਵੀ ਹੋ, ਮਿਲਣ ਵੀ ਗਏ ਹੋ, ਹਾਂਜੀ ਫਿਰ ਹਾਂਜੀ ਸਰ, ਤੁਹਾਡਾ ਰਿਲੇਸ਼ਨਸ਼ਿਪ ਵੀ ਚੱਲ ਰਿਹਾ ਕਾਫੀ ਟਾਈਮ ਤੋਂ, 2018, ਆਈ ਮੀਨ ਦਿਸ ਇਜ਼ ਵਾਟ, 3 4 ਈਅਰਸ ਨਾਓ, ਹਾਂਜੀ, ਮੋਰ ਦੈਨ 4 ਈਅਰ, ਮੋਰ ਈਅਰ ਫੋਰ ਅਬਾਊਟ ਈਅਰਸ ਪਲੱਸ ਵੀ ਚੱਲ ਰਿਹਾ। 4.5। ਸੋ ਹਾਂਜੀ ਸਰ, ਕੋਈ ਵਜ੍ਹਾ ਹੀ ਨਹੀਂ ਹੈ ਕਿ ਵੀ ਵੀਜ਼ਾ ਨਾ ਮਿਲੇ, ਬਾਕੀ ਇਹ ਸੰਜੋਗਾਂ ਦਾ ਖੇਡ ਹੈ। ਹਾਂਜੀ ਸਰ, ਜਿਸ ਵਕਤ ਸਤਨਾਮ ਸਿੰਘ ਨੇ ਆਉਣਾ ਹੈ ਇੱਥੇ, ਉਸੇ ਟਾਈਮ ਹੀ ਆਉਣਾ, ਉਸੇ ਟਾਈਮ ਹੀ ਹਾਂਜੀ ਬੇਸਮੈਂਟ ਬੇਸਮੈਂਟ ਕਿਰਾਏ ਤੇ ਲੈਣੀ ਹੈ, ਜੀ ਜੀ ਅਪਾਰਟਮੈਂਟ ਲੈਣਾ ਹੈ, ਗੱਡੀਆਂ ਲੈਣੀ ਹੈ, ਇੰਸ਼ੋਰੈਂਸ ਲੈਣੀ ਹੈ, ਹਾਂਜੀ। ਬਟ ਸਰ ਗਰੋਸਰੀਜ਼। ਕਹਿੰਦੇ ਹੁੰਦੇ ਨਾ, ਕੋਈ ਵੀ ਡ੍ਰੀਮ ਪੂਰਾ ਕਰਨ ਲਈ ਕੋਈ ਨਾ ਕੋਈ ਤੁਹਾਨੂੰ ਮਤਲਬ ਮਿਲਦਾ ਹੈਗਾ, ਐਜ਼ ਆ ਲਾਈਕ ਆਪਾਂ ਕਹਿੰਦੇ ਗੋਡ ਗਿਫਟ ਐਂਡ ਵਿਲ ਵਿਸ਼, ਤਾਂ ਉਹ ਚੀਜ਼ ਮਤਲਬ ਤੁਸੀਂ ਹੋ ਗਏ। ਚਲੋ ਜੋ ਹੋਣਾ ਸੀ ਇਹ ਤਾਂ ਕਿਸਮਤ 'ਚ ਹੋਣਾ ਸੀ, ਜੋ ਸਾਡੇ ਲਈ ਕਿਹਾ ਸੀਗਾ, ਅਸੀਂ ਵੇਟ ਕੀਤੀ ਤੇ ਬਹੁਤ ਕੁਛ ਦੇਖਿਆ, ਬਹੁਤ ਸਮਝਿਆ, ਤਾਂ ਬਟ ਚਲੋ ਥੈਂਕ ਯੂ ਸਰ, ਸਰ ਜੀ ਥੈਂਕ ਯੂ। ਤੁਹਾਡੀਆਂ ਵੀਡੀਓ ਦੇਖ ਕੇ ਵਰਡਸ ਸਾਨੂੰ ਨਹੀਂ, ਬਹੁਤ ਯਕੀਨ ਹੁੰਦਾ ਸੀਗਾ ਜੀ। ਵਰਡਸ ਨਹੀਂ ਹੈਗੇ ਤੁਹਾਨੂੰ, ਮਤਲਬ ਥੈਂਕ ਯੂ ਕਹਿਣ ਦੇ, ਵਰਡ ਥੈਂਕ ਯੂ ਬਹੁਤ ਛੋਟਾ ਬਟ ਯਾ, ਇਟਸ ਨਾਟ, ਮੈਂ ਮੇਰਾ ਮੁਝ ਮੇ ਕੁਝ ਨਹੀਂ, ਜੋ ਕੁਝ ਹੈ ਸੋ ਤੇਰਾ। ਇਹ ਐਕਚੁਅਲੀ ਇਹ ਸਾਰਾ ਇੱਕ ਬਹਾਨਾ, ਕਈ ਵਾਰ ਮੈਂ ਪੁਰਾਣੀ ਵੀਡੀਓ 'ਚ ਵੀ ਕਹਿ ਚੁੱਕਿਆ ਕਿ ਵੀ ਇਹ ਸਾਰਾ ਇੱਕ ਅਜੀਬ ਜਿਹਾ ਐਕਸੀਡੈਂਟਲ ਬਹਾਨਾ ਜਿਹਾ ਹੈ ਜ਼ਿੰਦਗੀ ਦਾ, ਕਿ ਬਈ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗੇ, ਪੁਰਾਣੇ ਕੰਸਲਟੈਂਟ, ਜਿਹੜੇ ਹੋਰ ਕੰਸਲਟੈਂਟ ਬੈਠੇ, ਜਿਹੜੇ ਤੁਸੀਂ ਦੇਖਿਆ ਸਰੀ ਸਰੀ ਦੇ ਏਰੀਆ, ਹਾਂਜੀ ਪਾਇਲ ਬਿਜ਼ਨਸ ਸੈਂਟਰ, ਕਿਤੇ ਹਾਂਜੀ 100 200 ਕੰਸਲਟੈਂਟ ਬੈਠਾ ਹੈ ਉੱਥੇ। ਸਰ, ਫਾਈਲ ਵਿਜ਼ਨ ਸੈਂਟਰ 'ਚ ਵੀ ਮਿਲਵਾਈ ਸੀ, 3rd ਟਾਈਮ ਫਾਈਲ। ਉਹਨਾਂ ਦੀਆਂ 2 ਮਿਸਟੇਕ ਸੀ, ਇੱਕ ਖੁਦ ਮਿਸਟੇਕ ਮੈਂ ਖੁਦ ਪੁਆਇੰਟ ਕਰ ਲਈ ਸੀ ਜੀ ਜਦੋਂ ਰਿਜ਼ਲਟ ਆ ਗਿਆ ਸੀ, ਮੈਨੂੰ ਦੱਸਿਆ ਨਹੀਂ ਸੀ ਉਹਨੇ। ਥੈਂਕ ਗੋਡ ਸਾਡਾ ਉਦੋਂ ਬੈਨ ਨਹੀਂ ਲੱਗਿਆ, ਅੱਛਾ 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 ਵੱਡੀ ਮਿਸਟੇਕ ਸੀ, ਛੋਟੀ ਮਿਸਟੇਕ ਨਹੀਂ ਸੀਗੀ। ਲਾਈਕ ਅੱਛਾ ਉਹਨਾਂ ਨੇ ਸਰ ਜੋਬ ਲੈਟਰ ਤੇ ਜਿੱਥੇ ਮੈਂ ਕੰਮ ਕਰਦੀ ਸੀ ਨਾ ਪਾਰਟ ਟਾਈਮ, ਉਹਨਾਂ ਨੇ ਗਲਤੀ ਨਾਲ ਹੀ ਲਿਖਤਾ ਸੀ ਮੈਂ 40 ਆਵਰਸ ਇੰਨਾ ਵੀਕ ਕਰਦੀ ਆ, ਤੇ ਉਹਨਾਂ ਨੇ ਓ ਉਹੀ ਜੋਬ ਲੈਟਰ ਬਿਨਾਂ ਪੜ੍ਹੇ, 2 ਲਾਈਨਾਂ ਦਾ ਲੈਟਰ ਪੜ੍ਹੇ ਉਹਨਾਂ ਨੇ, ਇਦਾਂ ਹੀ ਫਾਈਲ ਕਰ, ਔਰ ਸਾਨੂੰ ਸਾਡੀ ਫਾਈਲ ਦਾ ਪਤਾ, ਤੁਸੀਂ ਸਾਡੀ ਨਿੱਕੀ ਨਿੱਕੀ ਚੀਜ਼ ਵੀ ਚੈੱਕ ਕੀਤੀ ਆ, ਵੀ ਤੁਹਾਡੀ ਫਸਟ ਮੈਨੂੰ ਇਹ ਪੇ ਸਟੱਬ ਲੱਗਦਾ ਤੇ ਵਾ, ਜੀ ਤੂੰ ਆਵਰਸ ਘੱਟ ਆ, ਤੂੰ ਤੇ ਰੋ ਰਹੀ ਆ ਤੂੰ? ਬਟ ਨਹੀਂ ਰੋ ਨਹੀਂ ਰਹੀ, ਮਤਲਬ ਮੈਂ ਆਪਣਾ ਫੀਲ ਕਰ ਰਹੀ ਹਾਂ, ਠੀਕ ਆ, ਰੋਲੇ ਹੁਣ ਬਹੁਤ ਰੋਲੇ, ਹੁਣ ਰੋਈ ਥੋੜੀ ਜਾਣਾ, ਬਹੁਤ ਰੋਲਿਆ। ਤੁਸੀਂ ਹੁਣ ਤੇ ਰੋਣਾ। ਹਾਂਜੀ ਹੁਣ ਤੇ ਤੁਹਾਡੀ ਉਡੀਕ ਹੈ, ਤੁਸੀਂ ਫਲਾਈਟ ਲਓ, ਹਾਂਜੀ ਵੈਨਕੂਵਰ ਦੀ, ਆ ਕੇ ਕੰਮ ਤੇ ਚਲੋ, ਜੇ ਟਰੱਕ ਤੇ ਚਲੋ ਹੁਣ। ਉਨੀ ਰੋਣਾ ਹੈਗਾ।
ਤਾਂ ਸਰ ਉਹ ਗੱਲ ਹੁੰਦੀ ਹੈ, ਮਤਲਬ ਉਹਨਾਂ ਨੇ ਨਿੱਕੀ ਜੀ ਮਿਸਟੇਕ ਨਹੀਂ ਦੇਖੀ, ਉਹਨਾਂ ਨੇ ਇਹ ਨਹੀਂ ਪੜ੍ਹ ਸਕੇ ਵੀ ਇਹਨਾਂ ਦਾ ਜੌਬ ਲੈਟਰ ਜੀ ਕਿੰਨਾ ਇੰਪੋਰਟੈਂਟ ਆ। ਉਹ ਤਾਂ ਥੈਂਕ ਗੁੱਡ ਸਰ ਮੈਂ ਪੇ ਸਟੱਬ ਲਗਾਈਆਂ ਹੋਈਆਂ ਸੀਗੀਆਂ, ਪੇ ਸਟੱਬ ਤਾਂ ਉਹਨਾਂ ਨੂੰ ਦੇਖ ਗਿਆ ਆਫੀਸਰ ਨੂੰ, ਨਹੀਂ ਤਾਂ ਆਫੀਸਰ ਰਿਫਿਊਜ਼ ਕਰ ਸਕਦਾ ਸੀ ਵੀ ਤੂੰ ਪਾਰਟ ਟਾਈਮ ਤੂੰ ਸਟੂਡੈਂਟ ਹੋ ਕੇ 40 ਆਵਰ ਕਿੰਨਾ ਕਿਵੇਂ ਕਰ ਰਹੀ ਹੈ ਵੀਕ ਦੇ ਵਿੱਚ, ਬਟ ਜੀ ਥੈਂਕ ਜੀ ਗੁੱਡ ਪੇ ਸਟੱਬ ਲੱਗੀਆਂ ਹੋਈਆਂ ਸੀਗੀਆਂ, ਤਾਂ ਉਹ ਚੀਜ਼ ਹੋ ਜਾਂਦੀ ਸਰ, ਲੱਕਲੀ ਮਤਲਬ ਬਚ ਗਏ ਸੀ, ਜੀ ਤੇ ਜੀ ਨਹੀਂ ਤਾਂ ਜੀ ਇੱਥੇ ਸਰੀ ਵਾਲਿਆਂ ਨੇ ਤਾਂ ਬੈਨ ਲਵਾ ਦੇਣਾ ਸੀਗਾ ਓ ਮਾਈ ਕੈਨੇਡੀਅਨ ਗੋਡ, ਜਿਹੜੇ ਮਤਲਬ, ਓ ਮਾਈ ਗੋਡ, ਤਾਂ ਫਿਰ ਤਾਈਓ ਸਰ ਮੈਂ ਡਰ ਗਈ ਸੀ, ਮੈਂ ਕਿਹਾ ਨਹੀਂ ਬਹੁਤ ਲੋਕਾਂ ਨੇ ਸਰ ਬਹੁਤ ਮਤਲਬ ਕਿਹਾ ਵੀ ਸਾਡੇ ਤੋਂ ਕਰਾਓ ਇਹ ਕਰਾਓ, ਠੀਕ ਆ ਬਟ ਕਹਿੰਦੇ ਹੁੰਦੇ ਟਰਸਟ ਪੱਥਰ ਨੂੰ ਵੀ ਤੁਸੀਂ ਮੰਨ ਲਓ ਤਾਂ ਫਿਰ ਉਹ ਚੀਜ਼ ਹੁੰਦੀ ਹੈ। ਚਲੋ ਬਹੁਤ 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 ਥੈਂਕ ਯੂ, ਬਹੁਤ ਬਹੁਤ ਪੇਸ਼ੈਂਸ ਹੈ ਤੁਹਾਡੀ ਪੇਸ਼ੈਂਸ। ਮੈਂ ਤਾਂ ਕਈ ਵਾਰ, ਮੈਂ ਤਾਂ ਜਿਹੜੀ ਪੰਜਾਬ ਦੀ ਕੁੜੀਆਂ ਆਈ ਹੋਈਆਂ ਜਿਹੜੇ ਇੱਥੇ ਵਿਆਹ ਕਰਕੇ ਉਡੀਕ ਕਰ ਰਹੀਆਂ, 1 ਸਾਲੋਂ 1 ਸਾਲ ਮਿਹਨਤ ਕਰ ਰਹੀਆਂ, ਟੈਕਸ ਤਾਰ ਰਹੀਆਂ, ਫਿਰ ਹਾਂਜੀ ਪੈਸੇ ਟ੍ਰਾਂਸਫਰ ਕਰ ਰਹੀਆਂ, ਫਿਰ ਵਿਜ਼ਿਟ ਲਈ ਜਾ ਰਹੀਆਂ, ਫਲਾਨਾ ਆਪਣੇ ਫਿਊਚਰ ਲਈ ਤਿਆਰੀ ਕਰ ਰਹੀਆਂ। ਆਮ ਉਹਨਾਂ ਦਾ ਸ਼ਾਬਾਸ਼ ਹੀ ਉਹਨਾਂ ਨੂੰ ਹੈ ਕਿ ਕਿਸ ਤਰ੍ਹਾਂ ਉਹ ਮਿਹਨਤ ਕਰ ਕਰਕੇ ਆਪਣੀ ਜ਼ਿੰਦਗੀ ਨੂੰ ਸੰਜੋ ਰਹੀਆਂ। ਸੋ ਮਤਲਬ ਇਟ ਇਜ਼ ਅ ਕ੍ਰੈਡਿਟ ਟੂ ਦੀਸ ਗਰਲਸ ਕਿਸ ਤਰ੍ਹਾਂ ਕਰ ਰਹੀਆਂ। ਪਰ ਚਲੋ ਵੰਡਰਫੁਲ, ਹੇ ਨਾਈਸ ਟਾਕਿੰਗ ਟੂ ਯੂ। ਸੋ ਤੁਹਾਨੂੰ ਉਹਨਾਂ ਨੇ ਜਿਹੜਾ ਈਮੇਲ ਤੇ ਤੁਹਾਨੂੰ ਉਹ ਇੰਸਟਰਕਸ਼ਨ ਕਰ ਦੇਣੀ ਕਿਸ ਤਰ੍ਹਾਂ ਕਰਨਾ ਅੱਗੇ, ਤੇ ਹਾਂਜੀ ਸਰ ਆਪਣਾ ਜਾ ਕੇ ਤੁਸੀਂ ਆਪਣਾ ਫਾਈਲ ਉਹ ਫਾਈਲ ਸੋਰੀ ਦ ਪਾਸਪੋਰਟ ਪਾਸਪੋਰਟ ਸਬਮਿਟ ਕਰਾਓ, ਹਾਂਜੀ ਪਾਸਪੋਰਟ ਸਬਮਿਟ ਹਾਂਜੀ ਕਰਾਓ, ਤੇ ਵਿਦਿਨ ਹਫਤੇ 2 ਹਫਤੇ ਵਿੱਚ ਹੀ ਕੈਨ ਬੀ ਇਨ ਵੈਨਕੂਵਰ ਬਿਫੋਰ ਓਕੇ ਇਹ ਹਾਉ ਅਬਾਊਟ ਬਿਫੋਰ ਕ੍ਰਿਸਮਸ। ਯੈਸ ਸਰ ਦੈਟ ਵੁੱਡ ਬੀ ਵੀ ਵਰ ਦੈਟ ਵੁੱਡ ਬੀ ਵੇਟਿੰਗ ਇੰਟਰੈਸਟਿੰਗ। ਐਵਰੀ ਸਰ ਹਰ ਸਾਲ ਅਸੀਂ ਇਹ ਚੀਜ਼ ਦੀ ਵੇਟ ਕਰਦੇ ਹੁੰਦੇ ਸੀ, ਫੈਬ ਚ ਸਰ ਮੇਰਾ ਬਰਥਡੇ ਮਾਰਚ ਚ ਇਹਨਾਂ ਦਾ ਸੀ, ਕਹਿਣਾ ਚਲੋ ਫੈਬ ਤੱਕ ਤੁਸੀਂ ਆ ਜਾਓ, ਫੈਬ ਚ ਨਹੀਂ ਮਾਰਚ ਤੱਕ ਆ ਜਾਓ, ਨਵੇਂ ਸਾਲ ਤੇ ਆ ਜਾਓ, ਦੀਵਾਲੀ ਤੇ ਆ ਜਾਓ, ਇਹ ਫੰਕਸ਼ਨ ਤੇ ਆ ਜਾਓ, ਮੈਰਿਜ ਯੂਨੀਵਰਸਿਟੀ ਤੇ ਆ ਜਾਓ, ਸਾਰੀ ਚੀਜ਼ਾਂ ਲੰਘਦੀਆਂ ਗਈਆਂ। ਹੁਣ ਫਾਈਨਲੀ ਮਤਲਬ ਸਾਨੂੰ ਇਦਾਂ ਹੈਗਾ ਵੀ ਹਾਂ ਕੈਨੇਡਾ ਦੀ ਚਲੋ ਕ੍ਰਿਸਮਸ ਇਸ ਕੰਟਰੀ ਦਾ ਮਤਲਬ ਬੈਸਟ ਫੈਸਟੀਵਲ ਆ, ਚਲੋ ਅਸੀਂ ਉਹ ਇਕੱਠੇ ਮਨਾਵਾਂਗੇ। ਤਾਂ ਯਾ ਥੈਂਕ ਯੂ ਸਰ, ਯਾ ਇਟਸ ਦ ਮੋਸਟ ਥੈਂਕ ਯੂ ਸੋ ਇਸ ਮਚ। ਇੱਕ ਗਾਣਾ ਵੀ ਅੱਜ ਕੱਲ੍ਹ ਜਿਹੜੇ ਤੁਹਾਡੇ ਜਿਹੜੇ ਕਿਤੇ ਮਾਲ ਤੇ ਜਾਓਗੇ ਤੇ ਮੋਟਰ 'ਚ ਬਜ਼ਾ ਆਉਂਦੇ, ਇਸ ਦ ਮੋਸਟ ਵੰਡਰਫੁਲ ਟਾਈਮ ਆਫ ਦ ਈਅਰ। ਸੋ ਹਾਂਜੀ ਸਰ ਬਹੁਤ ਇਹ ਸੋਹਣਾ, ਮਤਲਬ ਹੁਣ ਤਾਂ ਟਾਈਮ ਹੈ ਹਾਂਜੀ, ਕੈਨੇਡਾ 'ਚ। ਸੋ ਥੈਂਕ ਯੂ ਚਲੋ ਬਹੁਤ 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 ਥੈਂਕ ਯੂ। ਹੁਣ ਮੇਰੇ ਖਿਆਲ ਨੀਂਦ ਤੁਹਾਨੂੰ ਆਉਣੀ ਨਹੀਂ, ਸ਼ਾਇਦ ਰਾਤ 2 ਵਜ ਗਏ, ਸੋ ਹੁਣ ਆਪਣੀ ਨਹੀਂ ਤਿਆਰੀ ਮੇਰੀ ਕਰ। ਬ੍ਰੇਕ ਦੀ ਵੇਟ ਕਰ ਰਹੀ ਸੀ ਵੀ ਤੂੰ ਜਲਦੀ ਜਲਦੀ ਬ੍ਰੇਕ ਤੇ ਜਾ, ਸਰ ਨਾਲ ਅੱਛਾ ਗੱਲ ਕਰ, ਮੈਨੂੰ ਫਾਈਨਲ ਕਰਕੇ ਦੱਸ, ਜਦੋਂ ਸਰ ਕਹਿਣਗੇ ਕੰਗ੍ਰੈਚੁਲੇਸ਼ਨ ਮੈਂ ਫੇਰ ਹੀ ਮੰਨੂੰਗਾ, ਅਦਰਵਾਈਜ਼ ਮੈਨੂੰ ਤੇਰੀਆਂ ਗੱਲਾਂ ਤੇ ਓ ਯਕੀਨ ਨਹੀਂ। ਮੈਂ ਕਿਹਾ ਵੀ ਮੈਨੂੰ ਪਤਾ ਵੀ ਆ ਗਿਆ ਰਿਜ਼ਲਟ ਆਪਣਾ ਗੁੱਡ ਆ, ਨਹੀਂ ਮੈਡੀਕਲ ਤੇ ਤੇ ਤੂੰ ਹੋਇਆ ਮੇਰੇ ਖਿਆਲ, ਟੈਂਸ਼ਨ। ਤੁਹਾਡਾ ਮੈਡੀਕਲ 10 ਦਿਨ ਪਹਿਲਾਂ ਹੋਇਆ ਨਾ ਸ਼ਾਇਦ? ਹਾਂਜੀ ਹਾਂਜੀ ਸਰ, ਜੀ 10 ਦਿਨ ਜੀ ਜੀ ਪਹਿਲਾਂ ਹੋ ਗਿਆ ਮੈਡੀਕਲ। 10 ਦਿਨ ਪਹਿਲਾਂ ਸ਼ਾਇਦ 17 ਨੂੰ ਹੋਇਆ, 16 ਨੂੰ ਸ਼ਾਇਦ ਅਰਾਊਂਡ ਦੈਟ ਟਾਈਮ। ਸਰ 9 ਨੂੰ 9 10 ਨੂੰ ਹੋਇਆ ਵਾ। 17 ਨੂੰ ਪੋਸਟ ਹੋਇਆ, ਅਪਡੇਟ ਹੋਇਆ ਐਕਚੁਅਲੀ, ਸੋਰੀ, ਹਾਂਜੀ 17 ਅੱਛਾ, ਨੂੰ 17 ਨੂੰ ਅਪਡੇਟ ਹੋਇਆ। ਪੋਸਟ ਹੋਇਆ, ਹਾਂਜੀ ਹਾਂਜੀ ਅਪਡੇਟ ਹਾਂਜੀ ਹੋਇਆ। ਸਰ ਨਾਈਨ ਨੂੰ ਹੋਇਆ ਇਹਨਾਂ ਦਾ ਮੈਡੀਕਲ। ਸੋ ਮੈਡੀਕਲ ਦਾ ਮਤਲਬ ਹੀ ਹੈ ਕਿ ਵੀ ਉੱਥੇ ਹਰੀ ਹਰੀ ਚੰਡੀ ਹੈ ਜੀ, ਆ ਜਾਓ ਟ੍ਰੇਨ ਹਾਂਜੀ ਹਾਂਜੀ ਸਰ ਲਗਾਓ ਜੀ। ਸੀਗਾ ਸਰ, ਸਾਨੂੰ ਉਦੋਂ ਪਤਾ ਲੱਗ ਗਿਆ ਸੀ 99%, ਬਟ ਫਿਰ ਵੀ ਡਰੇ ਜਿਵੇਂ ਹੁੰਦਾ ਨਾ ਤੁਹਾਨੂੰ ਪਤਾ, ਥੋੜਾ ਜਿਹਾ ਇੰਨਾ ਕੁਛ ਅਸੀਂ ਪਹਿਲਾਂ ਦੇਖਿਆ ਨਹੀਂ ਸਮਾਨ ਸੀ। ਜਿੱਦਾਂ ਦੇਖਿਆ ਹੋਇਆ ਜੀ, ਆਏ ਸੀਗਾ ਵੀ ਹੁਣ ਜੀ, ਤੁਹਾਡੀ ਆਵਾਜ਼ ਵਿੱਚ ਵਿੱਚ ਕੱਟ ਰਹੀ ਹੈ, ਵਾਈਫਾਈ ਤੁਹਾਡਾ ਹਿੱਲ ਰਿਹਾ ਹਾਂਜੀ ਸ਼ਾਇਦ, ਹਾਂਜੀ ਉਹਨਾਂ ਦੇ ਚੱਕਰ ਆ ਰਿਹਾ। ਪਰ ਕੋਈ ਚੱਕਰ ਨਹੀਂ, ਵਾਈਫਾਈ ਤੁਸੀਂ ਆ ਕੇ ਹੁਣ ਕੈਨੇਡਾ ਆ ਕੇ ਟੈਲਸ ਰੋਜਰ ਹੀ ਲੈਣਾ, ਆ ਕੇ ਛੱਡੋ ਤੁਸੀਂ, ਬਾਏ ਬਾਏ ਕਰੋ ਉਹਨਾਂ ਨੂੰ। ਠੀਕ ਹਾਂ, ਥੈਂਕ ਯੂ, ਹੈ ਥੈਂਕ ਯੂ ਵੈਰੀ ਮਚ। ਆਈ ਐਮ ਆਈ ਐਮ ਆਈ ਐਮ ਰੀਅਲੀ 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 ਹੈਪੀ ਐਕਚੁਅਲੀ ਫੋਰ ਯੂ ਕਿ ਬੀ ਆਫਟਰ 5 ਟਾਈਮਸ, 6 ਟਾਈਮਸ, ਜੀ ਯੂ ਨੋ, ਆਈ ਮੈਨੂੰ ਇਹ ਲੱਗ ਮੈਨੂੰ ਇਹ ਸ਼ਾਇਦ ਮੈਨੂੰ ਮਤਲਬ ਇਸ ਤਰ੍ਹਾਂ ਸ਼ਾਇਦ ਕਿ 2-3 ਵਾਰ ਰਿਫਿਊਜ਼ ਹੋਣਾ, ਆਈ ਡਿਡ ਨਾਟ ਨੋ ਕਿ 5 ਟਾਈਮਸ। ਨਹੀਂ ਸਰ 5 ਟਾਈਮਸ, ਹੁਣ ਤਾਂ ਸਰ ਇੰਨੀ ਕਿ ਤਾਂ ਨੌਲੇਜ ਮੈਨੂੰ ਵੀ ਆ ਗਈ ਸੀ ਵੀ ਕੀ ਹੁੰਦਾ ਕੇਸ 'ਚ, ਕੀ ਚੱਲਦਾ, ਜਦੋਂ ਮਤਲਬ ਮੈਂ ਸੁਖਮਨ ਸਰ ਨਾਲ ਗੱਲ ਕਰਦੀ ਸੀ ਹਰ ਟਾਈਮ, ਮਤਲਬ ਮੈਨੂੰ ਸਮਝ ਆ ਜਾਂਦੀ ਸੀ ਵੀ ਹਾਂਜੀ ਉਹ ਉਹਨਾਂ ਦਾ ਸਮਝਾਉਣ ਦਾ ਤਰੀਕਾ, ਤੇ ਮਤਲਬ ਪਤਾ ਲੱਗ ਜਾਂਦਾ ਸੀ ਹਾਂਜੀ ਆਹ ਚੀਜ਼ ਇਦਾਂ ਇਦਾਂ ਹੋਣੀ ਆ, ਤਾਂ ਫਿਰ ਜੀ ਕਿਸੇ ਤੇ ਹੋਰ ਸਰ ਫਿਰ ਬਲੀਵ ਨਹੀਂ ਕਰਨਾ ਸੀ, ਜੀ ਤਾਂ ਥੈਂਕ ਯੂ ਸਰ, ਚਲੋ ਅਸੀਂ ਥੈਂਕ ਵੇਟ ਯੂ। ਕੀਤੀ ਤੁਸੀਂ ਇੰਨਾ ਐਫਰਟ ਕੀਤੇ ਇਹ ਤਾਂ ਮੋਸਟ ਮੋਸਟ ਵੰਡਰਫੁਲ, ਮੋਸਟ ਵੰਡਰਫੁਲ। ਤੁਸੀਂ ਜਾ ਕੇ ਆਪਣਾ ਆਪਣੇ ਆਫਿਸ ਜਾਓ, ਆਪਣੇ ਜਿਹੜੇ ਹਾਂਜੀ ਕਲੋਜ਼ ਜਿਹੜੇ ਨੈਟਵਰਕ ਹੈ ਲੋਕਾਂ ਨੂੰ ਖੁਸ਼ਖਬਰੀ ਦਿਓ, ਤੇ ਆਪਣੀ ਹਾਂਜੀ ਹਾਂਜੀ ਸਰ ਤਿਆਰੀ ਕਰੋ ਤੁਸੀਂ ਅਗਲੇ 10-15 ਦਿਨਾਂ ਦੀ, ਤੇ ਹਾਂਜੀ ਟਿਕਟ ਟਿਕਟਾਂ ਬੁੱਕ ਕਰਾਓ, ਫਿਰ ਆਓ ਜਾਓ। ਓਕੇ ਸਰ, ਥੈਂਕ ਯੂ ਸੋ ਥੈਂਕ ਯੂ ਮਚ, ਸਰ ਜੀ, ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਥੈਂਕ ਧੰਨਵਾਦ। ਯੂ, ਨੋ ਪ੍ਰੋਬਲਮ, ਥੈਂਕ ਯੂ, ਟੇਕ ਕੇਅਰ। ਹਾਂਜੀ ਸਤਨਾਮ ਜੀ, ਕੀ ਹਾਲ ਚਾਲ ਨੇ ਤੁਹਾਡੇ, ਪਹੁੰਚ ਗਏ ਫਿਰ ਤੁਸੀਂ? ਓ